فارنا السبزية لبيات. بسم الله الرحمن الرحيم. السلام عليكم. میں تہاڈی بہن پنجابی پٹھانی تسی دیکھ رہے میرے یوٹیوب چینل. اللہ پاک تہانوں خوش رکھے آباد رکھے. اسی دعا دے نال شروع کرتے ہیں اج دا ولوگ. جی صبح صبح دا ٹائم آ, ناشتہ سارے نے کر لیا وا تے او میں تہاڈے نال شیئر نہیں کر سکی تے ہن نا اے بلال دے پاپا دا سوٹ استری کرن لگی ہاں تے اسی جانا وا اج ختم تے ਅਤੇ ਕੁਛ ਦਿਨ ਪਹਿਲੇ ਜਿਹੜੀ ਫੁਦਕੀ ਹੋਈ ਸੀ ਨਾ ਉਹਨਾਂ ਦੇ ਫੁੱਲਾਂ ਦਾ ਅਤੇ ਦੂਸਰਾ ਨੌਵੇਂ ਦਾ ਖਤਮ ਨਾ ਨਾਲ ਹੀ ਆ ਅਤੇ ਅਸੀਂ ਉੱਤਰ ਜਾਣਾ ਅਤੇ ਮੈਂ ਕਿਹਾ ਸੂਟ ਨਾ ਇਸਤਰੀ ਕਰ ਲਵਾਂ. ਅੱਜ ਤਾਂ ਬਿਜਲੀ ਨੇ ਨਾ ਅਖੀਰ ਕਰ ਦਿੱਤੀ ਆ. ਰਾਤ ਸਾਰੀ ਰਾਤ ਬਿਜਲੀ ਹੈਨੀ ਸੀ, ਯਕੀਨ ਕਰ ਨੀਂਦ ਹੀ ਨਹੀਂ ਪੂਰੀ ਹੋਈ. ਵੈਸੇ ਵੀ ਰਾਤ ਜਿਹੜੇ ਹਨ ਛੋਟੇ ਛੋਟੇ ਰਾਤਾਂ ਹੈਗੀਆਂ ਅਤੇ ਗਰਮੀਆਂ ਦੇ, ਅਤੇ ਵੈਸੇ ਵੀ ਬੰਦਾ ਸੁਬਹਾ ਹੁੰਦੀ ਹੈ ਦੁਪਹਿਰ ਇੰਨੀ ਗਰਮੀ ਹੁੰਦੀ ਹੈ, ਰਾਤ ਨੂੰ ਬੰਦਾ ਕਹਿੰਦਾ ਥੋੜ੍ਹੀ ਦੇਰ ਬੰਦਾ ਸਕੂਨ ਕਰ ਲੈਂਦਾ ਵਾ, ਲੇਕਿਨ ਰਾਤ ਨੂੰ ਬਿਜਲੀ ਨੇ ਅਖੀਰ ਦਿੱਤੀ ਸੀ, ਇੰਨੀ ਬਿਜਲੀ ਬੰਦ ਕੀਤੀ ਹੈ ਨਾ. ਇੱਥੇ ਨਾ ਟੈਰਸ 'ਤੇ ਹਵਾ ਚੱਲਦੀ ਆ, ਮੈਂ ਕਿਹਾ ਇੱਥੇ ਨਾ ਅੰਬ ਜਿਹੜੇ ਆ ਨਾ ਕੱਟ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਉੱਧਰ ਨਾ ਅੱਜ ਅਸੀਂ ਚੂਜੇ ਜਿਹੜੇ ਆ ਨਾ ਉਹ ਖੋਲ੍ਹੇ ਆ ਅਤੇ ਉਹ ਨਾ ਬਹੁਤ ਜ਼ਿਆਦਾ ਤੰਗ ਕਰਦੇ ਆ, ਇਸ ਕਰਕੇ ਮੈਂ ਕਿਹਾ ਇੱਥੇ ਰਹਿ ਜਾਵਾਂਗੇ. ਜੀਰੇ ਕੱਟਾ ਕਹੀਏ
ਹਮੇਸ਼ਾ ਨਾ ਅੰਬ ਜਿਹੜੇ ਆ ਨਾ ਅਸੀਂ ਨਾ ਇਹਨਾਂ ਦੇ ਟੁਕੜੇ ਬਣਾਉਂਦੇ ਹਾਂ ਅਤੇ ਹੁਣ ਇਹਨਾਂ ਦੇ ਵਿੱਚ ਨਾ ਜਿਹੜਾ ਅੰਦਰ ਵਾਲਾ ਆਹ ਗਿਟਕਾ ਜਿਹਾ ਵਾ ਨਾ ਇਹ ਅਸੀਂ ਨਾ ਕੱਢਾਂਗੇ ਕਿਉਂ ਇਹਦੇ ਨਾਲ ਨਾ ਅਚਾਰ ਖਰਾਬ ਹੋ ਜਾਂਦਾ ਵਾ ਇਹ ਵੀ ਨਹੀਂ ਅਸੀਂ ਪਾਉਣਾ ਅੱਛਾ ਵੀ ਨਹੀਂ ਚਮਕਾ ਇਹ ਨਾ ਦੂਸਰਾ ਨਮਕ ਅਤੇ ਹਲਦੀ ਜਿਹੜੀ ਆ ਨਾ ਉਹ ਪਹਿਲੇ ਅੰਬਾਂ ਨੂੰ ਲਾਉਣੀ ਚਾਹੀਦੀ ਆ ਅਤੇ ਇਹ ਨਾ ਮੈਂ ਹੁਣ ਮਿਕਸ ਕਰਾਂਗੀ ਅੱਜ ਕੱਲ੍ਹ ਨਮਕ ਪਤਾ ਨਹੀਂ ਕਿੱਦਾਂ ਦਾ ਆ ਰਿਹਾ ਵਾ ਗਿਲਟੀਆਂ ਜਿਹੀਆਂ ਬਣ ਜਾਂਦੀਆਂ ਵਾ ਟੁੱਟਦੀਆਂ ਹੀ ਨਾ ਅਤੇ ਲਸੂੜੇ ਜਿਹੜੇ ਆ ਨਾ ਮੈਂ ਤਾਂ ਉੱਪਰ ਕਿਹਾ ਸੀ ਵੀ ਉੱਪਰ ਨਾ ਇਹਨੂੰ ਉਬਾ ਲਾਂਗੀ ਲੇਕਿਨ ਉੱਪਰ ਤਾਂ ਹਵਾ ਚੱਲਦੀ ਆ ਅੱਗ ਬਲਣੀ ਨਹੀਂ ਅਤੇ ਇਹ ਮੈਨੂੰ ਨੀਚੇ ਲਿਜਾਣੇ ਪੈਣੇ ਆ ਅਤੇ ਮੈਂ ਕਿਹਾ ਪਹਿਲੇ ਇਹਨਾਂ 'ਤੇ ਨਾ ਨਮਕ ਲਾ ਲਵਾਂ ਇਹਨਾਂ ਨੂੰ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਾਂਗੀ ਤਾਂ ਕਿ ਹਰ ਅੰਬ ਨੂੰ ਨਾ ਡਕਰੇ ਨੂੰ ਦੂਸਰਾ ਨਮਕ ਅਤੇ ਹਲਦੀ ਜਿਹੜੀ ਆ ਨਾ ਉਹ ਲੱਗ ਜਾਵੇ ਸਾਰਿਆਂ ਤੋਂ ਜਿਹੜਾ ਔਖਾ ਕੰਮ ਆ ਨਾ ਉਹ ਹੈਗਾ ਵਾ ਅਚਾਰ ਪਾਉਣਾ ਅਚਾਰ ਪਾਉਣਾ ਕਿਸੇ ਕਿਸੇ ਹੱਥ ਦਾ ਨਾ ਅਚਾਰ ਸਹੀ ਰਹਿੰਦਾ ਪੂਰਾ ਪੂਰਾ ਸਾਲ ਰਹਿੰਦਾ ਵਾ ਅਤੇ ਕਿਸੇ ਕਿਸੇ ਦੇ ਤਾਂ ਜਾਂ ਅਚਾਰ ਪਾਵੇ ਨਾ ਤਾਂ ਖਰਾਬ ਹੋ ਜਾਂਦਾ ਇਹਦਾ ਬੜਾ ਤਰੀਕਾ ਹੁੰਦਾ ਵਾ ਬੜੇ ਤਰੀਕੇ ਨਾਲ ਰੱਖਣਾ ਪੈਂਦਾ ਵਾ ਅਤੇ ਅਚਾਰ ਜਿਹੜਾ ਵਾ ਨਾ ਉਹ ਵੀ ਬੜੇ ਤਰੀਕੇ ਦੇ ਨਾਲ ਪਾਉਣਾ ਇਹਨਾਂ ਨੂੰ ਨਾ ਨਮਕ ਅਤੇ ਹਲਦੀ ਮਿਲਾ ਲਈ ਆ ਅਤੇ ਹੁਣ ਨਾ ਲਸੂੜੇ ਜਿਹੜੇ ਆ ਨਾ ਉਹ ਹੁਣ ਲੈ ਕੇ ਚਲਾਂਗੇ ਨੀਚੇ ਅਤੇ ਚੱਲ ਬਿਲਾਲ ਦਾ ਸਮਾਂ ਨੂੰ ਖੁਲਾ ਦੱਸ ਜੀ ਲਸੂੜਿਆਂ ਵਾਸਤੇ ਨਾ ਪਾਣੀ ਰੱਖਣ ਲੱਗੀ ਹਾਂ ਮੈਂ ਤਾਂ ਉੱਪਰ ਹੀ ਸਾਰਾ ਕੰਮ ਕਰਨਾ ਸੀਗਾ ਲੇਕਿਨ ਉੱਪਰ ਨਾ ਹਵਾ ਚੱਲਦੀ ਆ ਮੈਂ ਕਿਹਾ ਹੁਣ ਨਾ ਇੱਥੇ ਹੀ ਉਬਾਲ ਲੈਂਦੀ ਹਾਂ ਚਾਹੇ ਉੱਪਰ ਹੋਵੇ ਚਾਹੇ ਨੀਚੇ ਉਬਾਲਣੇ ਤਾਂ ਹੈ ਅਤੇ ਚੁੱਲ੍ਹਾ ਮੈਂ ਜਲਾ ਲਿਆ ਵਾ ਇਹਦੇ ਵਿੱਚ ਨਾ ਥੋੜ੍ਹੀ ਜਿਹੀ ਮੈਂ ਹਲਦੀ ਪਾਵਾਂਗੀ ਹਲਦੀ ਜਿਹੜੀ ਆ ਨਾ ਉਹ ਲਾਜ਼ਮੀ ਪਾਉਣੀ ਚਾਹੀਦੀ ਇੱਦਾਂ
ਥੋੜੀ ਜਿਹੀ ਹਲਦੀ ਪਾ ਲਈ ਆ ਮੈਂ। ਉਹਨਾਂ ਪਾਣੀ ਦਾ ਇੰਤਜ਼ਾਰ ਕਰਾਂਗੇ, ਪਾਣੀ ਗਰਮ ਹੋ ਜਾਵੇ ਥੋੜਾ। ਮਾਸ਼ਾਅੱਲਾ ਹਾਂ, ਪਾਣੀ ਜਿਹੜਾ ਮੈਂ ਰੱਖਿਆ ਸੀ ਨਾ ਲਸੂੜਿਆਂ ਵਾਸਤੇ ਉਬਲ ਗਿਆ, ਇਹਦੇ 'ਚ ਪਾਵਾਂਗੀ ਲਸੂੜੇ। ਬਿਸਮਿਲ੍ਲਾਹ ਰਹਿਮਾਨ ਰਹੀਮ। ਇਹਨਾਂ ਨੂੰ ਨਾ ਸਿਰਫ ਦੁੱਧ ਉਬਾਲੇ ਦੇ ਦੇਣੇ ਆ। ਇਹਨਾਂ ਮੈਂ ਦੋ ਵਾਰੀ ਉਬਾਲਾਂਗੀ ਅਤੇ ਥੋੜ੍ਹੇ ਜਿਹੇ ਹੁਣ ਮੈਂ ਜਿਸ ਤਰ੍ਹਾਂ ਪਤੀਲੇ 'ਚ ਪਾਏ ਆ ਅਤੇ ਕੁਛ ਨਾ ਜਿਹੜੇ ਆ ਨਾ ਬਾਅਦ ਵਿੱਚ ਇਹ ਉਬਲ ਜਾਵੇ ਨਾ ਅਤੇ ਉਸ ਤੋਂ ਬਾਅਦ ਫਿਰ ਇਹ ਮੈਂ ਉਬਾਲਾਂਗੀ ਤਾਂ ਕਿ ਲਸੂੜਾ ਜਿਹੜਾ ਵਾ ਨਾ ਥੋੜ੍ਹਾ ਜਿਹਾ ਗਲ ਜਾਵੇ। ਮਸਲਾ ਇਹ ਜਿਹੜੇ ਲਸੂੜੇ ਆ ਨਾ ਇਹ ਹੋ ਗਏ ਆ, ਇਹਨਾਂ ਨੂੰ ਮੈਂ ਕੱਢਾਂਗੀ ਛਾਣਨੇ ਦੇ ਵਿੱਚ। ਇਹ ਜਿਹੜਾ ਪਾਣੀ ਹੈ ਨਾ ਇਹ ਫਿਰ ਮੈਂ ਰੱਖਾਂਗੀ ਉੱਪਰ ਅਤੇ ਇਹਦੇ ਵਿੱਚ ਨਾ ਜਿਹੜੇ ਲਸੂੜੇ ਬਚੇ ਆ ਨਾ ਉਹ ਪਾਵਾਂਗੀ। ਲਸੂੜੇ ਜਿਹੜੇ ਆ ਨਾ ਇਹਨਾਂ ਪੱਖੇ ਥੱਲੇ ਤਾਂ ਛਾਵਾਂਗੀ ਕਰਕੇ ਨਾ ਸੁੱਕ ਜਾਵੇ। ਇਹਨਾਂ ਦੀਆਂ ਜਿਹੜੀਆਂ ਡੰਡੀਆਂ ਵਾ ਨਾ ਇਹ ਮੈਂ ਇਸ ਤਰ੍ਹਾਂ ਤੋੜਾਂਗੀ ਹੁਣ। ਲਸੂੜੀਆਂ ਅਲੱਗ ਕਰਾਂਗੀ, ਡੰਡੀਆਂ ਅਲੱਗ। ਅਸਲਾਮ ਅਲੈਕੁਮ, ਮੈਂ ਹੁਲਾ ਨਮੀਦ ਕਰਤੇ ਆ ਖੈ ਸਕੇ। ਆਜ ਮੰਮਾ ਲਸੂੜੀ ਵੋ ਕੱਢ ਰਹੀ ਹੈ, ਦੇਖੋ ਲਸੂੜੀਓ ਕਿ ਡੰਡੀਆਂ ਉਤਾਰੀ ਹੈ ਮੰਮਾ। ਮੰਮਾ ਇਹ ਵੀ ਹੈ, ਇਹਨਾਂ ਦੀਆਂ ਜਿਹੜੀਆਂ ਡੰਡੀਆਂ ਵਾ ਨਾ ਇਹ ਲਾਜ਼ਮੀ ਉਤਾਰਨੀਆਂ ਇਸ ਤਰ੍ਹਾਂ, ਜਿਸ ਤਰ੍ਹਾਂ ਆਹ ਵਾ ਨਾ ਇਸ ਤਰ੍ਹਾਂ ਇਹ ਉਤਾਰਨੇ, ਕਿਉਂ ਇਹ ਜਿਹੜਾ ਤੇਲ ਆ ਨਾ ਅਤੇ ਫਿਰ ਲਸੂੜੇ ਦੇ ਅੰਦਰ ਚੱਲ ਜਾਂਦਾ, ਫਿਰ ਲਸੂੜਾ ਖਰਾਬ ਨਹੀਂ ਹੁੰਦਾ। ਅੱਛਾ, ਮੈਨੂੰ ਪਤਾ ਵੀ ਨਹੀਂ ਥਾ ਜੀ। ਦੂਸਰੇ ਇਹਨਾਂ ਦੇ ਮੈਂ ਤਾਂ ਦੂਸਰਾ ਡੰਡੀਆਂ ਤੋੜ ਲਈਆਂ, ਹੁਣ ਜਿਹੜੇ ਦੂਸਰੇ ਆ ਨਾ ਉਹ ਵੀ ਮੈਂ ਇਸੇ ਤਰ੍ਹਾਂ ਕੱਢਾਂਗੀ ਪਾਣੀ।
ਇਹਨਾਂ ਦੂਸਰਾ ਮਸਾਲੇ ਆ ਸਾਰੇ, ਮਿੱਠੇ ਆ ਅਤੇ ਨਾਲ ਹੈ ਸੌਂਫ ਅਤੇ ਕਲਵੰਜੀ ਅਤੇ ਇੱਕ ਚੀਜ਼ ਨਾ ਬਿਲਾਲ ਦੇ ਪਾਪਾ ਕੋਲ ਰਹਿ ਗਈ ਆ, ਅਤੇ ਜਿਹੜੀ ਹੈ ਨਾ ਦੜਾ ਮਿਰਚ ਉਹ ਰਹਿ ਗਈ ਆ, ਉਹ ਬਾਅਦ 'ਚ ਵੀ ਪਾ ਲਵਾਂਗੇ, ਉਹ ਕੋਈ ਨਹੀਂ ਮਸਲਾ। ਅਤੇ ਮਿੱਠੇ ਜਿਹੜੇ ਆ ਨਾ, ਮੈਂ ਕਿਹਾ ਇਹ ਸਾਫ ਕਰ ਲਵਾਂ, ਇਹਦੇ ਵਿੱਚ ਨਾ ਮਿੱਟੀ ਹੁੰਦੀ ਆ, ਚੰਗੀ ਤਰ੍ਹਾਂ ਮੈਂ ਕਿਹਾ ਸਾਫ ਹੋ ਜਾਵੇ, ਫਿਰ ਨਾ ਮਿੱਟੀ ਨਾ ਲੱਗੇਗੀ ਉਹਦੇ ਵਿੱਚ। ਇਹਨਾਂ ਮਸਾਲੇ ਸਾਰੇ ਮੈਂ ਮਿਕਸ ਕਰ ਲਏ ਆ, ਅਤੇ ਇਹ ਨਾ ਹੁਣ ਇਹਦੇ ਵਿੱਚ ਪਾਵਾਂਗੀ ਚਾਹ ਵਿੱਚ। ਇਹਦੇ ਵਾਸਤੇ ਨਾ ਤੇਲ ਹੋਰ ਲੈ ਕੇ ਆਵਾਂਗੇ, ਇਹ ਤਾਂ ਨਾ ਪਹਿਲੇ ਵਾਲਾ ਚਾਰ ਦਾ ਨਾ ਥੋੜ੍ਹਾ ਜਿਹਾ ਤੇਲ ਪਿਆ ਸੀਗਾ, ਅਤੇ ਮੈਂ ਕਿਹਾ ਹੁਣ ਨਾ ਮਸ਼ਰਾ ਮਸਾਲੇ ਜਿਹੜੇ ਆ ਨਾ ਉਹ ਸਾਰੇ ਮੈਂ ਮਿਕਸ ਕਰ ਲਏ, ਤੇਲ ਨਾ ਸਾਰਿਆਂ ਦੇ ਉੱਪਰ ਲੱਗ ਗਿਆ, ਇਹਦੇ ਵਾਸਤੇ ਨਾ ਹੋਰ ਤੇਲ ਲੈ ਕੇ ਆਵਾਂਗੇ। ਅਤੇ ਫਿਰ ਜਦੋਂ ਤੇਲ ਦੇ ਵਿੱਚ ਬਿਲਕੁਲ ਜਜ਼ਬ ਹੋ ਜਾਵੇ ਨਾ ਤੇਲ ਦੇ ਅੰਦਰ, ਫਿਰ ਅਚਾਰ ਖਰਾਬ ਨਹੀਂ ਹੁੰਦਾ। ਤੇਲ ਜ਼ਿਆਦਾ ਹੋਵੇ ਨਾ ਤਾਂ ਫਿਰ ਅਚਾਰ ਸਹੀ ਰਹਿੰਦਾ ਵਾ। ਹੋਰ ਲੈ ਕੇ ਆਵਾਂਗੇ ਤੇਲ, ਫਿਲਹਾਲ ਤਾਂ ਮੈਂ ਇਸ ਤਰ੍ਹਾਂ ਨਾ ਪਾ ਲਿਆ ਵਾ ਅਤੇ ਉੱਪਰ ਢੱਕਣ ਰੱਖਦੀ ਹਾਂ। हमने अचार डाल दिया है। इस वीडियो में इधर एंड करके हमारे चैनल को सब्सक्राइब कर लाइक कर शेयर जरूर से ब्लॉग को देख जा सकते हैं। फेस